ਯੂਕਰੇਨ ਅਤੇ ਰਸ਼ੀਆ ਦੀ ਜੰਗ ਛਿੜਨ ਤੋਂ ਬਾਅਦ ਇੱਕ ਟਰਮ ਨਿਊਜ਼ ਦੇ ਵਿੱਚ, ਮੀਡੀਆ ਦੇ ਵਿੱਚ ਅਤੇ ਇੰਟਰਨੈੱਟ ਦੇ ਵਿੱਚ ਕਾਫ਼ੀ ਛਾ ਗਈ, ਜੋ ਸੀ ਗੋਸਟ ਆਫ ਕੀਵ, ਜਾਂ ਪੰਜਾਬੀ ਦੇ ਵਿੱਚ ਆਪਾਂ ਕਹਿ ਦਈਏ ਕੀਵ ਸ਼ਹਿਰ ਦਾ ਭੂਤ। ਇਹ ਕੌਣ ਸੀ? ਇਹ ਇੱਕ ਲੜਾਕੂ ਵਿਮਾਨ ਦਾ ਕੈਪਟਨ ਸੀ। ਇਸਦਾ ਨਾਮ ਸੀ ਮੇਜਰ ਸਟੇਪਨ ਤਾਰਾਕੋਲ। ਇਹ ਜੋ ਪਰਸਨ ਸੀ ਜਿਸਨੂੰ ਗੋਸਟ ਆਫ ਕੀਵ ਬੋਲਿਆ ਜਾਂਦਾ ਸੀ, ਕਿਉਂ ਬੋਲਿਆ ਜਾਂਦਾ ਸੀ? ਕਿਉਂਕਿ ਲੜਾਈ ਦੇ ਸਟਾਰਟਿੰਗ ਵਿੱਚ ਹੀ ਇਸਨੇ ਕਾਫ਼ੀ ਜ਼ਿਆਦਾ ਰਸ਼ੀਅਨ ਫਾਈਟਰ ਜੈਟਸ ਨੂੰ ਮਾਰ ਦਿੱਤਾ ਸੀ, ਅਤੇ ਟੋਟਲ ਦੇ ਵਿੱਚ ਇਸ ਪਰਸਨ ਨੇ 40 ਦੇ ਕਰੀਬ ਰਸ਼ੀਅਨ ਫਾਈਟਰ ਜੈਟਸ ਨੂੰ ਮਾਰ ਗਿਰਾਇਆ ਹੈ। ਅਤੇ ਰੀਸੈਂਟ ਟਾਈਮਸ ਆਫ ਲੰਡਨ ਦੀ ਪੋਸਟ ਦੇ ਰਿਗਾਰਡਿੰਗ 13 ਮਾਰਚ ਨੂੰ ਹੋਈ ਲੜਾਈ ਦੇ ਵਿੱਚ ਕਾਫ਼ੀ ਜ਼ਿਆਦਾ ਤਾਦਾਦ ਦੇ ਵਿੱਚ ਰਸ਼ੀਅਨ ਫਾਈਟਰ ਜੈਟਸ ਨਾਲ ਲੜਦੇ ਹੋਏ ਆਖਿਰਕਾਰ ਇਹ ਗੋਸਟ ਆਫ ਕੀਵ ਮਾਰਿਆ ਗਿਆ।